ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂ ਵਰਲਡ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਹਿਸਟਰੀ ਦੇ ਵਿੱਚ ਵੇਖਿਆ ਜਾਵੇ ਤਾਂ ਇੱਕ ਸਕਾਈ ਡਾਈਵਿੰਗ ਦਾ ਸਾਰਿਆਂ ਤੋਂ ਵੱਡਾ ਹਾਦਸਾ ਇੱਕ ਛੋਟੀ ਜਿਹੀ ਗਲਤੀ ਤੋਂ ਹੋਇਆ ਸੀ। ਇਹ ਗਲਤੀ ਦਾ ਅਹਿਸਾਸ ਉਦੋਂ ਹੋਇਆ ਜਦੋਂ ਕਿ 18 ਦੇ 18 ਸਕਾਈ ਡਾਈਵਰ ਪਲੇਨ ਉੱਤੋਂ ਛਾਲ ਮਾਰ ਚੁੱਕੇ ਅਤੇ ਹੁਣ ਵਾਪਸੀ ਦਾ ਵੀ ਕੋਈ ਵੀ ਰਸਤਾ ਨਹੀਂ ਬਚਿਆ ਸੀ। ਪਲੇਨ ਤੋਂ ਛਲਾਂਗ ਲਾਉਣ ਤੋਂ ਬਾਅਦ 18 ਦੇ 18 ਸਕਾਈ ਡਾਈਵਰਸ ਦੀ ਖੁਸ਼ੀ ਇੱਕ ਖੌਫ ਦੇ ਵਿੱਚ ਬਦਲ ਗਈ। ਇਹ ਸਾਰੇ ਐਕਸਪੀਰੀਅੰਸ ਸਕਾਈ ਡਾਈਵਰ ਸੀ, ਪਰ ਬਦਕਿਸਮਤੀ ਦੇ ਨਾਲ ਇੱਥੇ ਇਹਨਾਂ ਦਾ ਐਕਸਪੀਰੀਅੰਸ ਕੰਮ ਨਾ ਆ ਸਕਿਆ। ਇਸ ਹਾਦਸੇ ਦੇ ਵਿੱਚ 16 ਸਕਾਈ ਡਾਈਵਰਸ ਮਾਰੇ ਗਏ ਅਤੇ ਹਾਦਸੇ ਦੇ ਵਿੱਚ ਜੋ 2 ਸਕਾਈ ਡਾਈਵਰਸ ਬਚੇ ਸਨ ਉਹਨਾਂ ਨੇ ਜੋ ਦੱਸਿਆ ਉਸ ਦੇ ਨਾਲ ਸਾਰਿਆਂ ਦੇ ਰੋਂਗਟੇ ਖੜ੍ਹੇ ਹੋ ਗਏ। ਇਸ ਹਾਦਸੇ ਨੂੰ ਦੁਨੀਆ ਲੇਕ ਐਰਿਸ ਡਿਸਾਸਟਰ ਦੇ ਨਾਮ ਨਾਲ ਯਾਦ ਕਰਦੀ ਹੈ। ਲੇਕ ਐਰੀ USA ਦੀ ਸਟੇਟ ਓਹਾਈਓ ਦੇ ਵਿੱਚ ਇੱਕ ਬਹੁਤ ਵੱਡੀ ਲੇਕ ਹੈ। ਲੇਕ ਐਰੀ ਦੇ ਸਾਊਥ ਦੇ ਵਿੱਚ 13 ਕਿਲੋਮੀਟਰ ਦੂਰ ਇੱਕ ਓਟਰਨ ਨਾਮ ਦਾ ਏਅਰਪੋਰਟ, ਜੋ ਕਿ ਇੱਕ ਛੋਟਾ ਏਅਰਫੀਲਡ ਹੈ। 27 ਅਗਸਤ 1967 ਨੂੰ ਇਸ ਏਅਰਪੋਰਟ ਦੇ ਉੱਤੇ 30 ਡਾਈਵਰਸ ਪਹੁੰਚੇ, ਕਿਉਂਕਿ ਉਹਨਾਂ ਨੂੰ ਫ੍ਰੀ ਫਲਾਈਟ ਔਫਰ ਕੀਤੀ ਗਈ ਸੀ। World War II ਦੇ ਵਿੱਚ ਵਰਤਿਆ ਜਾਣ ਵਾਲਾ B-25 ਬੋਂਬਰ ਜਹਾਜ਼, ਜਿਸ ਨੂੰ ਇੱਕ ਪ੍ਰਾਈਵੇਟ ਕੰਪਨੀ ਨੇ ਮੋਡੀਫਾਈ ਕੀਤਾ ਸੀ, ਉਹਨਾਂ ਨੇ ਹੀ ਇਹਨਾਂ ਸਕਾਈ ਡਾਈਵਰਸ ਨੂੰ ਫ੍ਰੀ ਫਲਾਈਟ ਔਫਰ ਕੀਤੀ ਸੀ। ਜਦ ਪਲੇਨ ਦੇ ਵਿੱਚ ਇੱਕ ਇੱਕ ਕਰਕੇ ਸਕਾਈ ਡਾਈਵਰ ਬੈਠਣੇ ਸਟਾਰਟ ਹੋਏ ਤਾਂ ਪਲੇਨ ਦੇ ਵਿੱਚ ਜਗ੍ਹਾ ਘੱਟ ਪੈ ਗਈ ਅਤੇ ਪਾਇਲਟ ਨੇ ਓਵਰਵੇਟ ਹੋਣ ਦੇ ਕਰਕੇ ਬਸ 18 ਡਾਈਵਰਸ ਨੂੰ ਹੀ ਪਲੇਨ ਦੇ ਵਿੱਚ ਬਿਠਾਇਆ। ਇਹ ਸਿਲੈਕਸ਼ਨ ਉਹਨਾਂ ਦੇ ਐਕਸਪੀਰੀਅੰਸ ਅਤੇ ਸਕਿੱਲ ਲੈਵਲ ਨੂੰ ਦੇਖ ਕੇ ਕੀਤੀ ਗਈ ਸੀ ਅਤੇ ਬਚੇ ਹੋਏ ਸਕਾਈ ਡਾਈਵਰਸ ਨੂੰ ਆਪਣੇ ਸਿਲੈਕਸ਼ਨ ਨਾ ਹੋਣ ਦਾ ਅਫਸੋਸ ਤਾਂ ਹੋਇਆ, ਪਰ ਉਹਨਾਂ ਨੂੰ ਕੀ ਪਤਾ ਸੀ ਕਿ ਪਾਇਲਟ ਦਾ ਇਹ ਫੈਸਲਾ ਉਹਨਾਂ ਦੀ ਜਾਨ ਬਚਾਉਣ ਵਾਲਾ ਹੈ। ਪਲੈਨ ਇਹ ਸੀ ਕਿ B-25 ਘੁੰਮਦਾ ਹੋਇਆ 20,000 ਫੁੱਟ ਉਚਾਈ 'ਤੇ ਜਾਵੇਗਾ ਅਤੇ ਇਸ ਏਅਰਪੋਰਟ ਦੇ ਉੱਤੇ ਆ ਕੇ ਸਕਾਈ ਡਾਈਵਰਸ ਨੂੰ ਡਰੋਪ ਕਰੇਗਾ ਅਤੇ ਫਿਰ ਇਹ 30,000 ਫੁੱਟ ਉਚਾਈ 'ਤੇ ਜਾਵੇਗਾ, ਜਿੱਥੇ ਕਿ 2 ਸਕਾਈ ਡਾਈਵਰਸ ਹੋਰ ਜੰਪ ਕਰਨਗੇ ਅਤੇ ਇਹਨਾਂ ਸਕਾਈ ਡਾਈਵਰਸ ਨੂੰ ਵਾਪਸ ਵੀ ਲੈਂਡ ਓਟਰਨਰ ਏਅਰਪੋਰਟ 'ਤੇ ਹੀ ਕਰਨਾ ਸੀ। ਮੌਸਮ ਦੀ ਖਰਾਬੀ ਦੇ ਕਾਰਨ ਫਲਾਈਟ ਸਵੇਰੇ ਟੇਕ ਆਫ ਨਾ ਕਰ ਸਕੀ, ਪਰ ਦੁਪਹਿਰ ਦੇ 3 ਵਜੇ B-25 ਨੇ ਟੇਕ ਆਫ ਕਰ ਲਿਆ। ਪਲੇਨ ਵਿੱਚ ਬੈਠੇ ਸਾਰੇ ਡਾਈਵਰਸ ਬਹੁਤ ਖੁਸ਼ ਸਨ, ਕਿਉਂਕਿ ਉਹਨਾਂ ਨੂੰ ਫ੍ਰੀ ਫਲਾਈਟ ਮਿਲ ਰਹੀ ਸੀ ਅਤੇ ਦੂਜਾ ਬੋਂਬਰ ਪਲੇਨ ਤੋਂ ਜੰਪ ਕਰਨ ਦਾ ਇਹਨਾਂ ਦਾ ਪਹਿਲਾ ਐਕਸਪੀਰੀਅੰਸ ਸੀ। B-20 ਦੇ ਟੇਕ ਆਫ ਤੋਂ ਬਾਅਦ ਇੱਕ ਛੋਟਾ ਸੈਸਨਾ ਪਲੇਨ ਵੀ ਉੱਥੋਂ ਟੇਕ ਆਫ ਹੋਇਆ। ਉਸਨੇ 12,000 ਫਿੱਟ ਉੱਚਾ ਰਹਿ ਕੇ ਸਕਾਈ ਡਾਈਵਰਸ ਦੀਆਂ ਛਲਾਂਗਾਂ ਨੂੰ ਕੈਮਰੇ ਦੇ ਵਿੱਚ ਰਿਕਾਰਡ ਕਰਨਾ ਸੀ। ਉੱਪਰ B-25 ਦੇ ਵਿੱਚ ਡਾਈਵਰਸ ਸਨ ਅਤੇ ਉਹ ਉੱਪਰ ਵੱਲ ਜਾ ਰਿਹਾ ਸੀ। ਮੌਸਮ ਦੀ ਖਰਾਬੀ ਦੇ ਕਾਰਨ ਦੋਨੋਂ ਹੀ ਪਾਇਲਟ ਕਰੀਬੀ ਏਅਰ ਕੰਟਰੋਲ ਟਾਵਰ ਦੇ ਨਾਲ ਕੰਟੈਕਟ ਵਿੱਚ ਸਨ, ਜੋ ਉਹਨਾਂ ਦੀ ਲੋਕੇਸ਼ਨ ਦੱਸ ਰਿਹਾ ਸੀ। 1 ਘੰਟੇ ਦੇ ਬਾਅਦ B-25 ਬੋਂਬਰ 20,000 ਫਿੱਟ ਉਚਾਈ 'ਤੇ ਪਹੁੰਚ ਗਿਆ ਸੀ। ਪਾਇਲਟ ਨੇ ਕੰਟਰੋਲ ਟਾਵਰ ਦੇ ਨਾਲ ਕੰਟੈਕਟ ਕਰਕੇ ਆਪਣੀ ਲੋਕੇਸ਼ਨ ਪਤਾ ਕੀਤੀ। ਉਸ ਟਾਈਮ GPS ਨਹੀਂ ਹੁੰਦੇ ਸਨ ਅਤੇ ਪਾਇਲਟ ਨੂੰ ਕੰਟਰੋਲ ਟਾਵਰ ਦੀ ਮਦਦ ਲੈਣੀ ਪੈਂਦੀ ਸੀ। ਕੰਟਰੋਲ ਟਾਵਰ ਨੇ ਪਾਇਲਟ ਨੂੰ ਦੱਸਿਆ ਕਿ ਉਹ ਓਟਰਨਰ ਏਅਰਪੋਰਟ ਤੋਂ 9 ਕਿਲੋਮੀਟਰ ਦੂਰ ਹੈ। ਇਹ ਇਨਫੋਰਮੇਸ਼ਨ ਦੇ ਹਿਸਾਬ ਨਾਲ B-25 ਡਰੋਪ ਜ਼ੋਨ ਦੇ ਬਿਲਕੁਲ ਕਰੀਬ ਪਹੁੰਚ ਗਿਆ ਸੀ।
ਇਸ ਦੇ ਬਾਅਦ ਸੈਸਨਾ ਦੇ ਪਾਇਲਟ ਨੇ ਵੀ ਕੰਟਰੋਲ ਟਾਵਰ ਦੇ ਨਾਲ ਕੰਟੈਕਟ ਕੀਤਾ ਅਤੇ B-25 ਦੇ ਹਿਸਾਬ ਦੇ ਨਾਲ ਆਪਣੀ ਲੋਕੇਸ਼ਨ ਪਤਾ ਕੀਤੀ। ਮੌਸਮ ਦੀ ਖਰਾਬੀ ਦੇ ਕਾਰਨ ਸੈਸਨਾ ਦੇ ਪਾਇਲਟ ਨੂੰ ਕੁਝ ਵੀ ਦਿਖ ਨਹੀਂ ਰਿਹਾ ਸੀ। ਕੰਟਰੋਲ ਟਾਵਰ ਨੇ ਪਾਇਲਟ ਨੂੰ ਦੱਸਿਆ ਕਿ ਉਹ B-25 ਤੋਂ 9 ਕਿਲੋਮੀਟਰ ਦੂਰ ਹੈ। ਥੋੜ੍ਹੀ ਦੇਰ ਬਾਅਦ ਕੰਟਰੋਲ ਟਾਵਰ ਦੇ ਨਾਲ B-25 ਨੇ ਦੁਬਾਰਾ ਕੰਟੈਕਟ ਕੀਤਾ ਅਤੇ ਆਪਣੀ ਲੋਕੇਸ਼ਨ ਪੁੱਛੀ। ਕੰਟਰੋਲ ਟਾਵਰ ਨੇ ਦੱਸਿਆ ਕਿ ਉਹ ਓਟਨਰ ਪਾਵਰ ਦੇ ਉੱਪਰ ਪਹੁੰਚ ਚੁੱਕੇ ਹਨ ਅਤੇ ਪਾਇਲਟ ਨੇ ਉਸੇ ਟਾਈਮ ਸਕਾਈ ਡਾਈਵਰਸ ਨੂੰ ਜੰਪ ਕਰਨ ਦਾ ਇਸ਼ਾਰਾ ਕਰ ਦਿੱਤਾ। ਜੋ ਛੋਟੀ ਜਿਹੀ ਗਲਤੀ ਸਕਾਈ ਡਾਈਵਰਸ ਦੀ ਜਾਨ ਲੈਣ ਵਾਲੀ ਸੀ ਉਹ ਅਸਲ ਵਿੱਚ ਹੋ ਚੁੱਕੀ ਸੀ ਅਤੇ ਪਤਾ ਕਿਸੇ ਨੂੰ ਵੀ ਨਹੀਂ ਸੀ। ਇਸ ਉਚਾਈ 'ਤੇ ਟੈਂਪਰੇਚਰ -30°C ਸੀ। ਇਸ ਕਰਕੇ ਸਾਰੇ ਸਕਾਈ ਡਾਈਵਰਸ ਨੇ ਆਪਣੇ ਉੱਪਰ ਜੰਪ ਸੂਟ ਦੀ ਡਬਰ ਲੇਅਰ ਚੜ੍ਹਾ ਰੱਖੀ ਸੀ। ਸਾਰੇ ਸਕਾਈ ਡਾਈਵਰਸ ਨੇ ਇੱਕੋ ਵਾਰੀ ਹੀ ਛਲਾਂਗ ਲਗਾ ਦਿੱਤੀ ਤਾਂ ਕਿ ਉਹ ਫ੍ਰੀ ਫਾਲ ਦੇ ਟਾਈਮ ਆਪਣੀ ਫਾਰਮੇਸ਼ਨ ਬਣਾ ਸਕਣ। ਉਹਨਾਂ ਨੂੰ ਆਪਣੇ ਨੀਚੇ ਇੱਕ ਬੱਦਲਾਂ ਦੀ ਲੇਅਰ ਦਿਖ ਰਹੀ ਸੀ। ਉਹਨਾਂ ਨੇ ਆਪਣੇ ਪੈਰਾਸ਼ੂਟ ਬੱਦਲਾਂ ਨੂੰ ਪਾਰ ਕਰਕੇ ਖੋਲ੍ਹਣੇ ਸੀ। ਉਹ ਆਪਣੇ ਫ੍ਰੀ ਫਾਲ ਨੂੰ ਇੰਜੋਏ ਕਰ ਰਹੇ ਸੀ ਅਤੇ ਜਦੋਂ ਉਹਨਾਂ ਨੇ ਬੱਦਲਾਂ ਨੂੰ ਪਾਰ ਕੀਤਾ ਤਾਂ ਉਹਨਾਂ ਦੀ ਇਹ ਖੁਸ਼ੀ ਇੱਕ ਖੌਫ ਦੇ ਵਿੱਚ ਬਦਲ ਗਈ। ਉਹ ਕੀ ਦੇਖਦੇ ਹਨ ਕਿ ਉਹਨਾਂ ਦੇ ਨੀਚੇ ਜ਼ਮੀਨ ਨਹੀਂ ਬਲਕਿ ਦੂਰ ਦੂਰ ਤੱਕ ਪਾਣੀ ਹੈ। ਇਸ ਟਾਈਮ ਇਹਨਾਂ ਦੀ ਉਚਾਈ ਕਰੀਬ 3000 ਫਿੱਟ ਸੀ। ਉਹਨਾਂ ਸਾਰਿਆਂ ਨੇ ਆਪਣੇ ਆਪਣੇ ਪੈਰਾਸ਼ੂਟ ਖੋਲ੍ਹ ਲਏ ਇਸ ਉਮੀਦ ਦੇ ਨਾਲ ਕਿ ਅਸੀਂ ਕਿਤੇ ਲੇਕ ਦੇ ਜਾਂ ਕਿਨਾਰੇ ਜਾਂ ਫਿਰ ਜ਼ਮੀਨ ਦੇ ਉੱਤੇ ਜਾਂ ਜ਼ਮੀਨ ਦੇ ਕੋਲ ਲੈਂਡ ਕਰ ਪਾਈਏ। ਇੱਦਾਂ ਨਾ ਹੋ ਸਕਿਆ ਕਿਉਂਕਿ ਜਿੱਥੇ ਉਹਨਾਂ ਨੇ ਛਲਾਂਗ ਮਾਰੀ ਸੀ ਉਹ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਦੂਰ ਸੀ। ਉਹਨਾਂ ਦਾ ਖਿਆਲ ਸੀ ਕਿ ਜਿਵੇਂ ਹੀ ਉਹ ਲੈਂਡ ਕਰਨਗੇ ਆਪਣੀ ਹਾਰਨਸ ਦੇ ਵਿੱਚੋਂ ਨਿਕਲਣਗੇ ਅਤੇ ਮਦਦ ਦੀ ਵੇਟ ਕਰਨਗੇ, ਪਰ ਜਿੱਦਾਂ ਉਹ ਸੋਚ ਰਹੇ ਸੀ ਉਦਾਂ ਕੁਝ ਵੀ ਨਹੀਂ ਹੋਇਆ। ਜਿਹੜੇ ਉਹਨਾਂ ਨੇ ਗਰਮ ਕੱਪੜੇ ਪਾਏ ਹੋਏ ਸਨ ਉਹਨਾਂ ਦੇ ਕਰਕੇ ਪਾਣੀ ਦੇ ਵਿੱਚ ਤੈਰਨਾ ਵੀ ਬਹੁਤ ਹੀ ਮੁਸ਼ਕਿਲ ਸੀ। ਇਹਨਾਂ ਦੇ ਵਿੱਚੋਂ 2 ਡਾਈਵਰਸ ਇੱਦਾਂ ਦੇ ਵੀ ਸਨ ਜਿਨ੍ਹਾਂ ਨੇ ਲੈਂਡ ਕਰਨ ਤੋਂ ਪਹਿਲਾਂ ਐਕਸਟਰਾ ਕੱਪੜੇ ਅਤੇ ਆਪਣੇ ਬੂਟ ਉਤਾਰ ਦਿੱਤੇ ਸੀ। ਬਸ ਇਹੀ 2 ਡਾਈਵਰ ਸੀ ਜਿਹੜੇ ਥੋੜ੍ਹਾ ਟਾਈਮ ਤੈਰ ਸਕੇ ਅਤੇ ਬਾਅਦ ਵਿੱਚ ਇਹਨਾਂ ਨੂੰ ਰੈਸਕਿਊ ਕਰ ਲਿਆ ਗਿਆ। ਬਾਕੀ ਡਾਈਵਰਸ ਜਿੰਦਾ ਨਾ ਬਚ ਸਕੇ ਅਤੇ ਕਈ ਦਿਨਾਂ ਤੱਕ ਉਹਨਾਂ ਦੀਆਂ ਲਾਸ਼ਾਂ ਵੀ ਨਜ਼ਰ ਨਾ ਆਈਆਂ। ਆਖਰੀ ਬੋਡੀ ਨੂੰ ਕਾਫ਼ੀ ਦਿਨ ਬਾਅਦ ਰਿਕਵਰ ਕੀਤਾ ਗਿਆ ਸੀ। ਇਸ ਹਾਦਸੇ ਦੀ ਪੂਰੀ ਦੁਨੀਆ ਦੇ ਵਿੱਚ ਹੈੱਡਲਾਈਨ ਬਣ ਗਈ ਅਤੇ ਬਾਅਦ ਦੇ ਵਿੱਚ ਇਸ ਦੇ ਉੱਪਰ ਇੱਕ ਇਨਵੈਸਟੀਗੇਸ਼ਨ ਟੀਮ ਵੀ ਬਿਠਾਈ ਗਈ। ਇਹ ਪਤਾ ਕਰਨਾ ਸੀ ਕਿ B-25 ਨੇ ਇਹਨਾਂ ਨੂੰ ਕਿੱਥੇ ਉਤਾਰਿਆ ਸੀ ਅਤੇ ਇਹਨਾਂ ਦੇ ਵਿੱਚ ਗਲਤੀ ਕਿਸ ਦੀ ਸੀ। ਏਅਰ ਟ੍ਰੈਫਿਕ ਕੰਟਰੋਲ ਦਾ ਕਹਿਣਾ ਸੀ ਕਿ ਜਦੋਂ B-25 ਨੇ ਸਕਾਈ ਡਾਈਵਰਸ ਨੂੰ ਉਤਾਰਿਆ ਸੀ ਉਦੋਂ ਉਹ ਓਟਨਰ ਏਅਰਪੋਰਟ ਦੇ ਉੱਪਰ ਸੀ। ਉਹਨਾਂ ਦਾ ਕਹਿਣਾ ਸੀ ਕਿ ਤੇਜ਼ ਹਵਾ ਦੇ ਕਾਰਨ ਡਾਈਵਰਸ ਡ੍ਰਿਫਟ ਹੋ ਕੇ ਲੇਕ ਐਰੀ ਤੱਕ ਪਹੁੰਚ ਗਏ। ਅਸੀਂ ਅਗਰ ਇਹ ਗੱਲ ਮੰਨ ਵੀ ਲਈਏ ਤਾਂ ਕਿ ਹਵਾ ਨੇ 20 ਕਿਲੋਮੀਟਰ ਤੱਕ ਸਕਾਈ ਡਾਈਵਰਸ ਨੂੰ ਡ੍ਰਿਫਟ ਕੀਤਾ ਸੀ। 10 ਕਿਲੋਮੀਟਰ ਓਟਨਰ ਏਅਰਪੋਰਟ ਤੋਂ ਲੈ ਕੇ ਲੇਕ ਐਰੀ ਦੇ ਕਿਨਾਰੇ ਤੱਕ ਅਤੇ 10 ਕਿਲੋਮੀਟਰ ਕਿਨਾਰੇ ਤੋਂ ਲੇਕ ਐਰੀ ਦੇ ਅੰਦਰ ਤੱਕ। ਜਦ ਐਕਸਪਰਟਸ ਨੇ ਹਵਾ ਦੀ ਸਪੀਡ ਅਤੇ ਡਾਈਵਿੰਗ ਦੀ ਉਚਾਈ ਨੂੰ ਲੈ ਕੇ ਇੱਕ ਰਫ ਕੈਲਕੂਲੇਸ਼ਨ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਕਾਈ ਡਾਈਵਰਸ
ਸਿਰਫ 5 ਕਿਲੋਮੀਟਰ ਹੀ ਡਰਿਫਟ ਕਰ ਸਕਦੇ ਸੀ। ਯਾਨੀ ਕਿ ਏਅਰ ਕੰਟਰੋਲ ਟਾਵਰ ਦੇ ਬਿਆਨਾਂ ਦੇ ਵਿੱਚ ਕੋਈ ਨਾ ਕੋਈ ਗੜਬੜ ਸੀ ਤੇ B-25 ਅਤੇ ਸੈਸਨਾ ਦਾ ਕਹਿਣਾ ਸੀ ਕਿ ਉਹਨਾਂ ਨੂੰ ਲੋਕੇਸ਼ਨ ਹੀ ਗਲਤ ਦੱਸੀ ਗਈ ਸੀ। ਆਖਿਰ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਦੋਂ B-25 ਅਤੇ ਸੈਸਨਾ ਨੇ ਏਅਰ ਕੰਟਰੋਲ ਟਾਵਰ ਤੋਂ ਆਪਣੀ ਲੋਕੇਸ਼ਨ ਪੁੱਛੀ ਸੀ ਉਦੋਂ ਏਅਰ ਕੰਟਰੋਲ ਟਾਵਰ 'ਤੇ ਸਵਿਫਟ ਚੇਂਜ ਹੋਈ ਸੀ ਅਤੇ ਦੂਜੇ ਕੰਟਰੋਲਰ ਨੇ ਜੋ ਲੋਕੇਸ਼ਨ ਦੱਸੀ ਸੀ B-25 ਦੀ ਉਹ ਲੋਕੇਸ਼ਨ ਸੈਸਨਾ ਦੀ ਸੀ। ਮਤਲਬ ਕਿ ਜਦੋਂ B-25 ਨੂੰ ਦੱਸਿਆ ਗਿਆ ਕਿ ਉਹ ਓਟਨਰ ਏਅਰਪੋਰਟ ਦੇ ਉੱਪਰ ਹੈ, ਉਸ ਟਾਈਮ ਸੈਸਨਾ ਏਅਰਪੋਰਟ ਦੇ ਉੱਪਰ ਸੀ ਅਤੇ B-25 ਲੇਕ ਦੇ ਉੱਪਰ ਸੀ। ਇਸ ਦੇ ਇਲਾਵਾ B-25 ਦੇ ਪਾਇਲਟਸ ਅਤੇ ਡਾਈਵਰਸ ਦੇ ਕੋਲੋਂ ਇਹ ਗਲਤੀ ਹੋਈ ਕਿ ਉਹਨਾਂ ਨੇ ਏਵੀਏਸ਼ਨ ਲਾਅ ਦੇ ਖਿਲਾਫ ਜਾ ਕੇ ਬਿਨਾਂ ਕੁਝ ਦੇਖੇ ਛਲਾਂਗ ਲਗਾ ਦਿੱਤੀ। ਉਹਨਾਂ ਪਾਇਲਟਸ ਦੀ ਯਾਦ ਦੇ ਵਿੱਚ ਸਕਾਈ ਡਾਈਵਰਸ ਲੇਕ ਦੇ ਉੱਪਰ ਜਾ ਕੇ ਜੰਪ ਕਰਦੇ ਹਨ। 1972 ਦੇ ਵਿੱਚ ਕੋਰਟ ਨੇ ਫੈਡਰਲ ਐਵੀਏਸ਼ਨ ਅਥਾਰਟੀ ਨੂੰ ਇਸ ਹਾਦਸੇ ਦਾ ਜ਼ਿੰਮੇਦਾਰ ਠਹਿਰਾਇਆ। B-25 ਦੇ ਪਾਇਲਟ ਦਾ ਲਾਇਸੈਂਸ ਹਮੇਸ਼ਾ ਦੇ ਲਈ ਬੈਨ ਕਰ ਦਿੱਤਾ ਗਿਆ। ਇਸ ਦੇ ਇਲਾਵਾ ਇੱਕ ਰੂਲ ਬਣਾ ਦਿੱਤਾ ਗਿਆ ਕਿ ਸਕਾਈ ਡਾਈਵਰਸ ਪਾਣੀ ਤੋਂ 50 ਕਿਲੋਮੀਟਰ ਦੂਰ ਹੀ ਜੰਪ ਕਰਨਗੇ। ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ, ਅਤੇ ਇਦਾਂ ਦੀਆਂ ਹੋਰ ਰੋਚਕ ਜਾਣਕਾਰੀਆਂ ਲੈਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਾ ਭੁੱਲਣਾ ਜੀ। ਧੰਨਵਾਦ।